ਹਿਮਾਚਲ ਤੋਂ ਸ਼ਰਧਾਲੂਆਂ ਦਾ ਜੱਥਾ ਜੋ ਕਿ ਵਾਪਸ ਅੰਮ੍ਰਿਤਸਰ ਆ ਰਿਹਾ ਸੀ ਗੁਰਦਾਸਪੁਰ ਨਜ਼ਦੀਕ ਬਾਈਪਾਸ ਤੇ ਮੋੜ ਗੱਡੀ ਦਾ ਸੰਤੁਲਨ ਵਿਗੜ ਜਾਣ ਕਾਰਨ ਡੂੰਘੀ ਖਾਈ ਵਿੱਚ ਜਾ ਗਿਰੀ, ਜਿਸ ਕਾਰਨ 6 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਸੜਕ ਸੁਰੱਖਿਆ ਮੁਲਾਜ਼ਮਾਂ ਵੱਲੋਂ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਆਓ ਤੁਹਾਨੂੰ ਸੁਣਾਉਂਦੇ ਆ ਕੀ ਹੈ ਸਾਰਾ ਮਾਮਲਾ, ਕੀ ਕਹਿ ਰਹੇ ਪੀੜਤ ਤੇ ਕੀ ਕਹਿੰਦੇ ਪੁਲਿਸ ਮੁਲਾਜ਼ਮ। ਨੂਰਪੁਰ ਤੋਂ ਵਾਪਸ ਆ ਰਹੇ ਸੀ, ਗੱਡੀ ਚਲਣ ਲਈ ਕੰਟਰੋਲ ਥੋੜੀ ਬਾਹਰ ਹੋ ਗਈ। ਨੂਰਪੁਰ ਦੇ ਰਹਿਣ ਵਾਲੇ ਅੰਮ੍ਰਿਤਸਰ ਦੇ, ਨੂਰਪੁਰ ਕੰਮ ਗਏ, ਮੱਥਾ ਟੇਕਣ ਗਏ ਸੀ। ਠੀਕ ਹੈ, ਵਾਪਸ ਆ ਰਹੇ? ਵਾਪਸ ਆ ਰਹੇ। ਕੀ ਹੋਇਆ? ਮੋੜ ਤੇ ਸੀ ਗੱਡੀ, ਥੋੜੀ ਜਿਹੀ ਬਾਅਦ ਸ਼ਾਇਦ ਪੂਰੀ ਕੰਟਰੋਲ ਨਹੀਂ ਹੋ ਪਾਈ ਤੇ ਪਲਟ ਗਈ। ਨਹੀਂ, ਅਗਰ ਸੜਕ ਦੇ ਸਾਈਡ ਤੇ ਟੋਇਆ ਜਾ ਸੀ ਉਹ ਸੋਚੀ। ਕਿੰਨਿਆਂ ਦੇ ਲੱਗੇ ਸਰ? 3 ਜਣਿਆਂ ਦੇ। ਕਿੰਨੇ ਜਣੇ ਸਵਾਰ? 5 ਜਣੇ। ਕੌਣ ਕੌਣ? ਸੱਟ ਕਿਤੇ ਕਿਤੇ ਲੱਗੀ? ਘਰ ਦੇ ਸਾਰੇ ਜੀ ਨੇ, ਆਪਣੇ ਮੰਮੀ ਸਿਸਟਰ ਦੇ ਪਿੰਡ। ਇਹ ਅਸੀਂ ਜਦੋਂ ਜਾਣ ਡਏ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵੇਲੇ ਮੌਕੇ ਤੇ ਇੱਕ ਵੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ PS ਗਾਰਡਨ ਦੇ ਲਾਗੇ ਕਟੋਏ ਦੇ ਵਿੱਚ ਡਿੱਗ ਪਈ, ਜਿਹਦੇ ਵਿੱਚ ਅਸੀਂ ਮੌਕੇ ਤੇ ਗਏ, ਉੱਥੇ ਉਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ 5 ਜਣਿਆਂ ਨੂੰ, ਜਿਨ੍ਹਾਂ ਦੇ ਵਿੱਚ 2 ਔਰਤਾਂ ਸਨ ਤੇ 3 ਵਿਅਕਤੀ ਸਨ, 2 ਨੌਜਵਾਨ ਸਨ, 3 ਬਜ਼ੁਰਗ ਸਨ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਲੱਤ ਤੇ ਬਾਂਹ ਟੁੱਟ ਗਈ ਆ, ਇੱਕ ਔਰਤ ਦੀ ਵੀ ਬਾਂਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਵਿੱਚ ਇੰਜਰੀ ਹੋਈ ਆ, ਜਿਨ੍ਹਾਂ ਨੂੰ 3 ਜਣਿਆਂ ਨੂੰ ਐਂਬੂਲੈਂਸ ਸੱਦੀ ਗਈ, 2 ਜਣਿਆਂ ਨੂੰ ਐਂਬੂਲੈਂਸ ਤੇ ਤੇ 3 ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਬਿਠਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ। ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ? ਇਹ ਸਰ ਨੂਰਪੁਰ ਹਿਮਾਚਲ ਤੋਂ ਆ ਰਹੇ ਸੀ ਤੇ ਅੰਮ੍ਰਿਤਸਰ ਦੇ ਨਿਵਾਸੀ ਆ ਤੇ ਅੰਮ੍ਰਿਤਸਰ ਜਾਣਾ ਸੀ ਇਹਨਾਂ।